ਪਿੰਡ ਮਾਲਕੇ ਵਿੱਚ 4 ਨਵੰਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗਦੀ ਹੋਈ ਬੇਅਦਬੀ ਮਾਮਲੇ ਵਿੱਚ ਥਾਣਾ ਸਮਾਲਸਰ ਵਿਖੇ 5 ਡੇਰਾ ਪ੍ਰੇਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਅਮਦੀਪ ਸਿੰਘ ਮਾਲਕੇ, ਮਿੱਠੂ ਮਾਨ ਮਾਲਕੇ, ਦਵਿੰਦਰ ਲਾਡੀ ਹਰੇਵਾਲਾ, ਪ੍ਰੀਤੀ ਸਿੰਘ ਬਾਘਾ ਪੁਰਾਣਾ, ਸਤਪਾਲ ਸਿੰਘ ਬਾਘਾ ਪੁਰਾਣਾ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦਾ ਕੇਸ ਮੋਗਾ ਦੇ ਜੱਜ ਦਲਜੀਤ ਕੌਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪਿੰਡ ਮਾਲਕੇ ਦੇ ਸੇਵਕ ਸਿੰਘ ਫੌਜੀ ਮੁੱਖ ਗਵਾਹ ਨੇ। ਅੱਜ ਸੇਵਕ ਸਿੰਘ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅਦਾਲਤ ਵਿੱਚ ਗਵਾਹੀ ਨਾ ਦੇਣ ਸੰਬੰਧੀ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜੋ ਮੈਂ ਇਹਨਾਂ ਧਮਕੀਆਂ ਤੋਂ ਨਾ ਡਰਿਆ ਤਾਂ ਅੱਜ ਸਵੇਰੇ ਉਸ ਕੋਲ ਗੁਰਮੇਲ ਸਿੰਘ ਅਤੇ ਡੇਰਾ ਪ੍ਰੇਮੀ ਅਮਦੀਪ ਸਿੰਘ ਦੇ ਪਿਤਾ ਸੁਖਮੰਦਰ ਸਿੰਘ ਨੇ ਮੈਨੂੰ ਫੋਨ ਕਰਕੇ ਮਿਲਣ ਲਈ ਕਿਹਾ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਬਾਹਰਲੇ ਘਰ ਹਾਂ। ਇਸ 'ਤੇ ਗੁਰਮੇਲ ਸਿੰਘ ਅਤੇ ਸੁਖਮੰਦਰ ਸਿੰਘ ਮੇਰੇ ਘਰ ਪੁੱਜੇ ਅਤੇ ਮੈਨੂੰ ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਕਹਿਣ ਲੱਗੇ ਅਤੇ ਮੇਰੇ ਮੰਜੇ 'ਤੇ 2 ਲੱਖ ਰੁਪਏ ਦਾ ਚੈੱਕ ਰੱਖ ਦਿੱਤਾ। ਸੇਵਕ ਸਿੰਘ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਬੇਅਦਬੀ ਨਹੀਂ ਕੀਤੀ ਅਤੇ ਪੁਲਿਸ ਨੇ ਸਾਡੇ ਉੱਪਰ ਝੂਠਾ ਕੇਸ ਬਣਾਇਆ ਹੈ ਅਤੇ ਦੂਜੇ ਪਾਸੇ ਗਵਾਹੀ ਤੋਂ ਮੁੱਕਰਨ ਲਈ ਪੈਸੇ ਦੇ ਰਹੇ ਹੋ। ਉਹਨਾਂ ਨੇ 2 ਲੱਖ ਦਾ ਚੈੱਕ ਰੱਖਦਿਆਂ ਕਿਹਾ ਕਿ ਜਦੋਂ ਤੂੰ 16 ਤਰੀਕ ਨੂੰ ਮੋਗਾ ਗਵਾਹੀ ਦੇਣ ਲਈ ਗਿਆ ਤਾਂ 2 ਲੱਖ ਦਾ ਹੋਰ ਦੇ ਦੇਵਾਂਗੇ ਅਤੇ ਭਰੋਸਾ ਦੇਣ ਲੱਗੇ ਕਿ ਤੇਰੀ ਕੋਈ ਵੀ ਹਵਾ ਵੱਲ ਨਹੀਂ ਦੇਖ ਸਕਦਾ, ਤੂੰ ਸਾਡੇ ਹੱਕ ਵਿੱਚ ਗਵਾਹੀ ਦੇ ਦੇ, ਅਸੀਂ ਤੇਰੀ ਹਮੇਸ਼ਾ ਮਦਦ ਕਰਾਂਗੇ। ਸੇਵਕ ਸਿੰਘ ਫੌਜੀ ਨੇ ਕਿਹਾ ਕਿ ਇਹ 2 ਲੱਖ ਦਾ ਚੈੱਕ ਉਹ ਸਰਕਾਰੀ ਵਕੀਲ ਰਾਹੀਂ ਅਦਾਲਤ ਵਿੱਚ ਪੇਸ਼ ਕਰਨਗੇ। ਕੀ ਨਾਮ ਵੀਰ ਜੀ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੇਵਕ ਸਿੰਘ ਆ ਜੀ। ਕੀ ਮਾਮਲਾ ਕੀ ਆ? ਅੱਜ ਤੁਸੀਂ SSP ਦਫ਼ਤਰ ਪੁੱਜੇ ਹੋ ਇੱਕ 2 ਲੱਖ ਦਾ ਚੈੱਕ ਲੈ ਕੇ, ਕੀ ਹੈ ਪੂਰਾ ਮਾਮਲਾ? ਸਾਡੇ ਪਿੰਡ 'ਚ ਬੇਅਦਬੀ ਹੋਈ ਸੀਗੀ 4/11/2015 ਨੂੰ, ਪ੍ਰੇਮੀਆਂ ਨੇ ਬੇਅਦਬੀ ਕੀਤੀ ਸੀਗੀ। ਦਿਓ ਜਾਣਕਾਰੀ ਸਾਰੀ, ਕੀ ਹੋਇਆ ਜੀ? ਉਹ ਜੀ SIT ਨੇ ਇਹਦਾ ਨਾਮਜ਼ਦ ਕਰਤਾ, ਬੰਦੇ ਦੋਸ਼ੀ ਪਾਏ ਗਏ ਆ, ਇਹਨਾਂ ਨੇ ਬੇਅਦਬੀ ਕੀਤੀ ਆ, ਇਹ ਮੰਨੇ ਹੋਏ ਸਾਰਾ ਕੁਛ ਕੀਤਾ, ਜੱਜ ਸਾਹਿਬ ਦੇ ਮੰਨੇ ਪੁਸ਼ਪਿੰਦਰ ਦੀ ਅਦਾਲਤ ਦੇ ਵਿੱਚ ਵਾਧਾ ਪੁਰਾਣਾ। ਕਿੰਨੇ ਬੰਦੇ ਦੋਸ਼ੀ ਪਾਏ ਗਏ? ਇਹ ਬੰਦੇ 5 ਆ ਜੀ। ਕਿੱਥੋਂ ਕਿੱਥੋਂ ਦੇ ਗਏ? 2 ਤਾਂ ਮਾਲਕਿਆਂ ਦੇ, ਅਮਨਦੀਪ ਸਿੰਘ ਦੇ, ਮਿੱਠੂ ਸਿੰਘ, 2 ਵਾਘਾ ਪੁਰਾਣਾ ਦੇ, ਪ੍ਰੀਤੀ ਸਿੰਘ ਦੇ, ਸਤਪਾਲ ਸਿੰਘ, ਬਟ ਸੱਤਾ, 1 ਦਵਿੰਦਰ ਸਿੰਘ ਆ ਜੀ, ਲਾਡੀ ਅਰਜੀ ਵਾਲੇ ਦਾ। ਕੱਲ੍ਹ ਕੀ ਹੋਇਆ ਤੁਹਾਨੂੰ ਜੋ ਚੈੱਕ ਮਿਲਿਆ, ਕਿਹਨੇ ਦਿੱਤਾ ਹੈ? ਕੱਲ੍ਹ ਦਿੱਤਾ ਸੀ ਗੁਰਮੇਲ ਸਿੰਘ ਨੇ ਅਤੇ 1 ਅਮਨਦੀਪ ਦਾ ਫਾਦਰ ਆ ਸੁਖਮੰਦਰ ਸਿੰਘ। ਕਾਹਦੀ ਬਾਬਤ ਦਿੱਤਾ ਸੀ ਤੁਹਾਨੂੰ ਚੈੱਕ? ਇਹ ਦਿੱਤਾ ਸੀ, ਕਹਿੰਦੇ ਤੂੰ ਗਵਾਹੀ ਮੁੱਕਰ ਜਾ ਅਤੇ ਸਾਡੀ ਇੱਜ਼ਤ ਦਾ ਸਵਾਲ ਆ, ਪਿੰਡ ਦੀ ਇੱਜ਼ਤ ਦਾ ਸਵਾਲ ਆ, ਅਤੇ ਅਸੀਂ ਬਚ ਜਾਂਗੇ, ਅਤੇ ਨਹੀਂ ਤਾਂ ਮਤਲਬ ਪਿੰਡ 'ਚ ਤੂੰ ਦੁਸ਼ਮਣੀਆਂ ਪਾ ਅਤੇ ਤੂੰ ਇਕੱਲਾ ਹੈਗਾ, ਅਤੇ ਕਹਿੰਦੇ ਤੂੰ ਗਵਾਹੀ ਮੁੱਕਰ ਜਾਏਗਾ, 2 ਲੱਖ ਰੁਪਏ ਤੈਨੂੰ ਅਸੀਂ ਕਚਹਿਰੀ ਗਵਾਹੀ ਮੁੱਕਰ ਤੋਂ ਬਾਅਦ ਦੇਵਾਂਗੇ। ਕਿਸ ਚੀਜ਼ ਦੀ ਗਵਾਹੀ ਮੁੱਕਰੀ ਸੀ? ਇਹ ਆਹ ਬੇਅਦਬੀ ਦੇ ਕਾਰਨ ਦੋਸ਼ੀ ਹੋਣਗੇ ਤਾਂ ਬਰੀ ਕਰਾਉਣਾ ਆਪਾਂ, ਸਾਡੇ ਬੰਦੇ ਬਚ ਜਾਣ। ਮੁੱਖ ਗਵਾਹ ਸੀ ਤੁਸੀਂ? ਹਾਂਜੀ, ਮੇਰੇ ਕੋਲ FIR ਆ ਜੀ ਮੁੱਖ ਗਵਾਹ। ਹੁਣ ਅਗਲਾ ਕੀ ਤੁਸੀਂ ਸਟੈਪ ਕੀ ਚੱਕਿਆ, ਕੀ ਕਾਰਵਾਈ ਕੀਤੀ ਤੁਹਾਡੇ ਵੱਲੋਂ? ਹੁਣ ਜੀ ਆਪਣਾ ਸਾਡੀ ਅਗਲੀ ਤਰੀਕ ਹੈਗੀ ਆ 23 ਤਰੀਕ, ਅੱਜ ਅਸੀਂ ਵੀ ਸਾਨੂੰ ਦਿਖਾ ਦੇਣ ਵਾਸਤੇ ਆਏ ਹੋਏ ਹਾਂ ਵੀ ਉਹਨਾਂ ਬੰਦਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ, ਉਹਦੀਆਂ ਧਮਕੀਆਂ ਦਿੱਤੀਆਂ ਸੀਗੀਆਂ ਅਤੇ ਮੈਨੂੰ ਲਾਲਚ ਦਿੱਤਾ ਹੋਇਆ ਅਤੇ ਉਹਨਾਂ ਨੇ ਪਰਚਾ ਦਿੱਤਾ ਜਾਵੇ, ਮੇਰੀ ਜਾਨ ਨੂੰ ਖਤਰਾ ਹੈਗਾ, ਉਹਨਾਂ ਨੂੰ ਇੰਟਰਸਟ ਕੀਤਾ ਹੋਵੇ ਅਤੇ ਉਹਨਾਂ ਦੀਆਂ ਜਮਾਨਤਾਂ ਰੱਦ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੇ ਪਾਸੇ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਗੁਰਮੇਲ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਡੇਰਾ ਪ੍ਰੇਮੀ ਸੁਖਮੰਦਰ ਸਿੰਘ ਮੇਰੇ ਘਰ ਪੁੱਜੇ ਅਤੇ ਮੈਨੂੰ ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਕਹਿਣ ਲੱਗੇ ਅਤੇ ਮੇਰੇ ਮੰਜੇ 'ਤੇ 2 ਲੱਖ ਰੁਪਏ ਦਾ ਚੈੱਕ ਰੱਖ ਦਿੱਤਾ। ਉਹ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਨਗੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮਲਕੇ ਵਾਲੇ ਕੇਸ ਵਿੱਚ ਅੱਜ ਤਰੀਕ ਪੇਸ਼ੀ ਸੀਗੀ, ਤਰੀਕ ਪੇਸ਼ੀ ਜੱਜ ਸਾਹਿਬ ਦੀ ਛੁੱਟੀ ਹੋਣ ਕਾਰਨ ਅੱਗੇ ਪੈ ਗਈ ਹੈ, 23/9 ਪਈ ਹੈ ਅੱਗੇ। ਉਸ ਤੋਂ ਬਾਅਦ ਇਹ ਹੈ ਨੇ ਮੇਰੇ ਕੋਲ ਇੱਕ ਕੰਪਲੇਂਟ ਦੇ ਕੇ ਗਏ ਨੇ ਜਿਹਦੇ ਵਿੱਚ ਐਲੀਗੇਸ਼ਨ ਲਾਉਂਦੇ ਆ ਕਿ ਉਹਨਾਂ ਨੂੰ 2 ਲੱਖ ਰੁਪਈਆ ਕਿਸੇ ਗੁਰਮੇਲ ਸਿੰਘ ਨਾਂ ਦੇ ਬੰਦੇ ਨੇ ਐਜ਼ ਆ ਰਿਸ਼ਵਤ ਔਫਰ ਕੀਤਾ ਵੀ ਗਵਾਹੀ 'ਚ ਮੁਕਰਨ ਵਾਸਤੇ। ਸੋ ਉਹਦੀ ਐਪਲੀਕੇਸ਼ਨ ਦੇ ਕੇ ਗਏ ਨੇ, ਐਪਲੀਕੇਸ਼ਨ ਜਿਹੜੀ SP ਹੈੱਡਕੁਆਰਟਰ ਸਾਡੇ ਹੈ ਨੇ ਮਿਸਟਰ ਰਤਨ ਸਿੰਘ, ਉਹਨਾਂ ਨੂੰ ਮਾਰਕ ਕੀਤੀ ਗਈ ਹੈ। ਉਹ ਉਹਦੇ 'ਚ ਇਨਕੁਆਇਰੀ ਕਰਨਗੇ, ਜੇ ਐਲੀਗੇਸ਼ਨ ਸਹੀ ਹੋਏ ਤਾਂ ਜ਼ਰੂਰ ਜੋ ਬਣਦੇ ਕਾਰਵਾਈ ਕੀਤੀ ਜਾਵੇ।
ਕੋਈ ਉਹਨਾਂ ਦਾ ਇਹ ਵੀ ਕਹਿਣਾ ਕੋਈ ਜਾਨ ਤੋਂ ਮਾਰਨ ਦੀ ਤਨਕੀਦ ਦਿੱਤੀ ਗਈ ਕੁਛ? ਹਾਂ, ਇਹ ਮੈਂ ਉਹੀ ਦੱਸਿਆ ਨਾ, ਇਹ ਸਬਜੈਕਟ ਟੂ ਇਨਕੁਆਇਰੀ ਹੈ, ਇਹਦੇ 'ਚ ਇਨਕੁਆਇਰੀ ਕਰਾਂਗੇ, ਜੋ ਸੱਚਾਈ ਹੋਊਗੀ ਉਹਦੇ ਹਿਸਾਬ ਨਾਲ ਉੱਤੇ ਕਾਰਵਾਈ ਹੋਊਗੀ, ਜਿਹੜਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ਼ ਕਾਰਵਾਈ ਹੋਊਗੀ। ਸਰ ਪਤਾ ਇਹ ਵੀ ਲੱਗਿਆ ਵੀ ਉਹ ਬੰਦੇ ਜਿਹੜੇ ਤੁਹਾਨੂੰ ਮਿਲ ਕੇ ਗਏ ਆ ਉਹ ਤੁਹਾਡੇ ਤੋਂ ਸੈਟਿਸਫਾਈਡ ਨਹੀਂ ਆ ਅਤੇ ਉਹ ਬਾਹਰ ਧਰਨਾ ਵੀ ਲਗਾ ਰਹੇ ਨੇ, ਉਹ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਵਾ ਕੇ ਜਾਵਾਂਗੇ। ਸਰ ਜੀ ਕੋਈ ਗੱਲ ਨਹੀਂ, ਕੋਲ ਤਾਂ ਕਰਕੇ ਨਹੀਂ ਗਏ, ਤੁਹਾਡੇ ਕੋਲ ਪਤਾ ਲੱਗ ਰਿਹਾ ਜੀ ਉਹ ਲਗਾ ਰਹੇ ਆ ਜੀ ਬਾਹਰ ਧਰਨਾ? ਮੇਰੀ ਨੌਲੇਜ 'ਚ ਨਹੀਂ, ਹੋਏਗਾ ਤਾਂ ਅਸੀਂ ਉਹਨਾਂ ਨੂੰ ਸੈਟਿਸਫਾਈ ਜ਼ਰੂਰ ਕਰਵਾਵਾਂਗੇ। ਠੀਕ ਠੀਕ ਆਵਾਜ਼ੀ ਕੰਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।